ਨੈਸ਼ਨਲ ਲੀਡਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਨੂੰ ਸਰਵਉੱਚ ਅਦਾਲਤ ਨੇ ਜ਼ਮਾਨਤ ਦਿੱਤੀ ਆ। ਮੈਂ ਸਰਵਉੱਚ ਅਦਾਲਤ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ। ਆਖਿਰਕਾਰ ਮੈਂ ਸਮਝਦਾ ਕਿ ਸੱਚ ਦੀ ਜਿੱਤ ਹੋਈ ਆ। ਸੱਚ ਨੂੰ ਤਾਂ ਦਬਾਇਆ ਜਾ ਸਕਦਾ ਗਾ, ਨਾ ਸੱਚ ਮਰਦਾ ਗਾ। ਸੱਚ ਹਮੇਸ਼ਾ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਹੁੰਦਾ ਗਾ। ਕਾਫੀ ਲੰਬਾ ਅਰਸਾ ਉਹਨਾਂ ਨੂੰ ਜੇਲ੍ਹ ਦੇ ਅੰਦਰ ਰਹਿਣਾ ਪਿਆ, ਕਾਫੀ ਕਹਿ ਦੁੱਖ ਸਹਿਣੇ ਪਏ, ਇਹ ਸਾਰਾ ਦੇਸ਼ ਜਾਣਦਾ ਗਾ। ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ, ਭਾਰਤੀ ਜਨਤਾ ਪਾਰਟੀ ਨੂੰ ਲੋਕ ਮੂੰਹ ਤੋੜ ਜਵਾਬ ਦੇਣਗੇ ਇਹਨਾਂ ਇਲੈਕਸ਼ਨਾਂ ਦੇ ਵਿੱਚ, ਕਿ ਸਾਰੇ ਲੋਕਾਂ ਨੂੰ ਆਪੋਜੀਸ਼ਨ ਦੇ ਇਕੱਲੇ ਇਕੱਲੇ ਲੀਡਰ ਨੂੰ ਫੜ ਕੇ ਜੇਲ੍ਹ ਚ ਡੱਕਿਆ ਜਾ ਰਿਹਾ ਹੈਗਾ। ਸੋ ਮੈਂ ਸਮਝਦਾ ਗਾ ਸੱਚਾਈ ਜਿਹੜੀ ਆਖਿਰਕਾਰ ਜਿੱਤ ਹੋਈ ਆ, ਔਰ ਝੂਠ ਦਾ ਜਿਹੜਾ ਅੰਤ ਆ ਉਹ ਬਹੁਤ ਨੇੜੇ ਆ, ਬਹੁਤ ਜਲਦੀ ਜਿਹੜਾ ਝੂਠ ਦਾ ਅੰਤ ਹੋਊਗਾ, ਔਰ ਬੀਜੇਪੀ ਜਿਹੜੀ ਆ ਉਹ ਦੇਸ਼ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਹਾਰ ਹੋਊਗੀ। ਨੈਸ਼ਨਲ ਲੀਡਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਨੂੰ ਸਰਵਉੱਚ ਅਦਾਲਤ ਨੇ ਜ਼ਮਾਨਤ ਦਿੱਤੀ ਆ। ਮੈਂ ਸਰਵਉੱਚ ਅਦਾਲਤ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ। ਆਖਿਰਕਾਰ ਮੈਂ ਸਮਝਦਾ ਕਿ ਸੱਚ ਦੀ ਜਿੱਤ ਹੋਈ ਆ। ਸੱਚ ਨੂੰ ਤਾਂ ਦਬਾਇਆ ਜਾ ਸਕਦਾ ਗਾ, ਨਾ ਸੱਚ ਮਰਦਾ ਗਾ। ਸੱਚ ਹਮੇਸ਼ਾ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਹੁੰਦਾ ਗਾ। ਕਾਫੀ ਲੰਬਾ ਅਰਸਾ ਉਹਨਾਂ ਨੂੰ ਜੇਲ੍ਹ ਦੇ ਅੰਦਰ ਰਹਿਣਾ ਪਿਆ, ਕਾਫੀ ਕਹਿ ਦੁੱਖ ਸਹਿਣੇ ਪਏ, ਇਹ ਸਾਰਾ ਦੇਸ਼ ਜਾਣਦਾ ਗਾ। ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ, ਭਾਰਤੀ ਜਨਤਾ ਪਾਰਟੀ ਨੂੰ ਲੋਕ ਮੂੰਹ ਤੋੜ ਜਵਾਬ ਦੇਣਗੇ ਇਹਨਾਂ ਇਲੈਕਸ਼ਨਾਂ ਦੇ ਵਿੱਚ, ਕਿ ਸਾਰੇ ਲੋਕਾਂ ਨੂੰ ਆਪੋਜੀਸ਼ਨ ਦੇ ਇਕੱਲੇ ਇਕੱਲੇ ਲੀਡਰ ਨੂੰ ਫੜ ਕੇ ਜੇਲ੍ਹ ਚ ਡੱਕਿਆ ਜਾ ਰਿਹਾ ਹੈਗਾ। ਸੋ ਮੈਂ ਸਮਝਦਾ ਗਾ ਸੱਚਾਈ ਜਿਹੜੀ ਆਖਿਰਕਾਰ ਜਿੱਤ ਹੋਈ ਆ, ਔਰ ਝੂਠ ਦਾ ਜਿਹੜਾ ਅੰਤ ਆ ਉਹ ਬਹੁਤ ਨੇੜੇ ਆ, ਬਹੁਤ ਜਲਦੀ ਜਿਹੜਾ ਝੂਠ ਦਾ ਅੰਤ ਹੋਊਗਾ, ਔਰ ਬੀਜੇਪੀ ਜਿਹੜੀ ਆ ਉਹ ਦੇਸ਼ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਹਾਰ ਹੋਊਗੀ।